आ जिहड़े पंजाब 'च जिहड़ा माहौल चलदा है ना नशियां नुशियां दा, उदों चाह नूं वी नशा मन्निया जांदा सी। लोक कहिंदे सी यार अंग्रेज़ जांदे जांदे सानूं चाह पीण लग गए, इस तां लस्सियां दुद्ध पीण वाले बंदे सी। ਉਹ ਕਵਿਤਾ ਮੈਂ ਸੁਣਾਉਂਦਾ ਹੁੰਦਾ ਸੀ, ਕਵੀਸ਼ਰੀ ਰੰਗ ਸੀ ਉਹਦਾ। ਜਦੋਂ ਅਮਲੀ ਦਾ ਹੱਥ ਫਿਰ ਜਾਵੇ, ਮੁੱਠੀ ਭਰ ਕੇ ਨਰੋਈ ਪਾਵੇ, ਉਹਨੂੰ ਅਜੇ ਵੀ ਸਬਰ ਨਾ ਆਵੇ, ਕਰ ਲੈਂਦਾ ਕਾਲੀ। ਕੱਟ ਭੈਣੇ ਨੀ ਦਿੱਤੇ ਚਾਹ ਚੰਦਰੀ ਨੇ, ਪੱਟ ਭੈਣੇ ਨੀ ਦਿੱਤੇ ਚਾਹ ਚੰਦਰੀ ਨੇ, ਪੱਟ ਭੈਣੇ। ਮੈਂ ਗਿੱਪੀ ਜੀ ਨੂੰ ਸਭ ਤੋਂ ਪਹਿਲਾਂ ਤੇ ਇਹ ਕਹਿਣਾ ਚਾਹੁੰਦੀ ਹਾਂ, ਕੀ ਗੱਲ ਤੁਹਾਨੂੰ ਮੈਂ ਚੰਗੀ ਨੀ ਲੱਗਦੀ? ਗੁੱਡ ਹੈ, ਗੁੱਡ ਹੈ, ਗੁੱਡ ਹੈ। फिल्म इंडस्ट्री दे ओ पुराने खुंड जिहड़े कई नवे अदाकारा लई इंस्पिरेशन दा काम करदे ने, ते नाल ले एक खूबसूरत अदाकार जो किसी भी प्रोजेक्ट नाल जुड़न ਤਾਂ ਤਾਰੀਫ ਭਰੀ ਚਰਚਾ ਤਾਂ ਲਾਜ਼ਮੀ ਹੈ। ਤੇ ਹੁਣ ਗੱਲ ਕਰਦੇ ਹਾਂ ਅਬਾਊਟ ਦ ਕੈਪਟਨ ਆਫ ਦ ਫਿਲਮ, ਜਿਨ੍ਹਾਂ ਨੇ ਇਹ ਦੋਵੇਂ ਕਲਾਕਾਰਾਂ ਨੂੰ ਇੱਕੋ ਪਰਦੇ ਤੇ ਲਿਆ ਕੇ ਬਹਿਜਾ ਬਹਿਜਾ ਕਰਾਉਣ ਦੀ ਸੋਚ ਲਈ ਹੈ। ਜੀ ਹਾਂ, ਸੋ ਵੈਲਕਮ ਕਰਦੇ ਹਾਂ ਲੈਜੈਂਡ ਸਰਦਾਰ ਸੋਹੀ, ਸੋਨੀਆ ਮਾਨ ਐਂਡ ਰਵੀ ਪੁੰਜ ਦਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ। ਬਹੁਤ ਖੂਬਸੂਰਤ ਆਵਾਜ਼ ਕੰਨਾਂ 'ਚ ਪਈ। ਤੁਸੀਂ ਆ ਗਏ ਹੋ, ਇੰਟਰਵਿਊ ਦਾ ਘੈਂਟ ਹੋਣਾ ਹੀ ਹੈ, ਪਰ ਇਹਨੂੰ ਹੋਰ ਵੀ ਘੈਂਟ ਬਣਾਉਣਗੇ ਤੁਹਾਡੇ ਇੱਕ ਦੂਜੇ ਨੂੰ ਪੁੱਛੇ ਜਾਣ ਵਾਲੇ ਸਵਾਲ। ਸੋ ਰਵੀ, ਪਹਿਲਾਂ ਤੁਸੀਂ ਪੁੱਛੋ ਸਵਾਲ ਸੋਨੀਆ ਤੇ ਸੋਹੀ ਸਾਹਿਬ ਨੂੰ। ਜੀ ਸਰਦਾਰ ਜੀ, ਪਹਿਲਾ ਸਵਾਲ ਮੇਰਾ ਤੁਹਾਨੂੰ ਹੈ ਜੀ। ਜੀ ਤੁਸੀਂ ਪਿਛਲੇ 4 ਦਸ਼ਕਾਂ ਤੋਂ ਅਦਾਕਾਰੀ ਨਾਲ ਜੁੜੇ ਹੋਏ ਹੋ, ਕੋਈ ਇੱਕ ਗੱਲ ਜੋ ਤੁਹਾਡੇ ਅਦਾਕਾਰੀ ਨਾਲ ਪਿਆਰ ਦੇ ਰੰਗ ਨੂੰ ਹੋਰ ਗਾੜਾ ਕਰਦੀ ਗਈ, ਉਹ ਕਿਹੜੀ ਚੀਜ਼ ਹੈ? ਉਹ ਜਦੋਂ ਮੈਂ ਇਸ ਰਸਤੇ 'ਤੇ ਤੁਰਿਆ ਨਾ, ਜਿਹੜੀਆਂ ਪਿੰਡ ਦੇ ਲੋਕਾਂ ਨੇ ਖੁੰਡਾਂ 'ਤੇ ਬੈਠੇ ਬਾਬਿਆਂ ਨੇ, ਜਦੋਂ ਮੈਂ ਮੁੰਡਾ ਜਿਹਾ ਹੁੰਦਾ ਸੀ, ਉਹ ਜਿਹੜੀਆਂ ਮੈਨੂੰ ਤਾਹਨੇ ਦਿੱਤੇ, ਗਾਲਾਂ ਕੱਢੀਆਂ, ਮਰਾਸੀਪਣਾ ਕਰਨ ਲੱਗ ਗਿਆ, ਇਹ ਕਰਨ ਲੱਗ ਗਿਆ, ਇਹ ਕਰ ਲਈਆਂ। ਪਹਿਲੀ ਗੱਲ ਤਾਂ ਇਹ ਹੈ, ਇਹ ਮੈਂ ਇਹ ਸਿੱਧ ਕਰਨਾ ਸੀ ਕਿ ਮੈਂ ਮਰਾਸੀਪਣਾ ਜਾਂ ਭੰਡਪਣਾ ਕਰਨ ਨਹੀਂ ਨਿਕਲਿਆ ਘਰੋਂ, ਮੈਂ ਕੁਛ ਬਹੁਤ ਸੀਰੀਅਸ ਕਰਨ ਵਾਸਤੇ ਨਿਕਲਿਆ ਹੋਇਆ। ਉਹ ਚੀਜ਼ ਇਹਦੇ ਨਾਲੋਂ ਹੁਣ ਤੱਕ ਨਹੀਂ ਟੁੱਟਣ ਦਿੰਦੀ। ਜਦੋਂ ਮੈਨੂੰ ਇਹ ਰੋਗ, ਇਸ਼ਕ ਨੂੰ ਰੋਗ ਹੀ ਕਿਹਾ ਗਿਆ, ਜਦੋਂ ਮੈਨੂੰ ਇਹ ਰੋਗ ਲੱਗਿਆ ਨਾ, ਇਸ਼ਕੇ ਦਾ ਰੋਗ, ਸਭ ਤੋਂ ਪਹਿਲਾਂ ਤਾਂ ਸਾਡੇ ਘਰ 'ਚ ਤੂੰਬੀਆਂ ਵੱਜਦੀਆਂ ਹੁੰਦੀਆਂ ਸੀ, ਕਮਿਊਨਿਸਟਾਂ ਦੇ ਉਦੋਂ ਬੜੀ ਚੜ੍ਹਾਈ ਸੀ ਆਪਣੇ ਇਲਾਕੇ 'ਚ, ਖਾਸ ਤੌਰ 'ਤੇ ਮਾਲਵੇ 'ਚ, ਅਤੇ ਉਹ ਨਾਟਕ ਕਰਦੇ ਸੀ, ਡਰਾਮੇ ਕਰਦੇ ਸੀ, ਅਤੇ ਉਹਨਾਂ ਦੇ ਨਾਲ ਹੁੰਦੇ ਸੀ ਜਿਹੜੇ ਕਲਾਕਾਰ ਸੀ, ਲੋਕਾਂ ਦੀ ਗੱਲ ਕਰਨ ਵਾਲੇ, ਹੈਂ, ਜਾਗ ਕਿਸਾਨਾਂ, ਉੱਠ ਜਾਗ ਕਿਸਾਨਾਂ, ਹੈਂ, ਉਹ ਉਹ ਜਿਹੜੀ ਪ੍ਰਵਿਰਤੀ ਹੈ ਉਹ ਉਦੋਂ ਤੋਂ ਹੁਣ ਤੱਕ ਮੇਰੇ ਅੰਦਰੋਂ ਉਹ ਵੀ ਨਹੀਂ ਗਈ ਹਲੇ, ਹੈਂ। ਉਹਨੇ ਮੈਨੂੰ ਥੋੜ੍ਹਾ ਜਿਹਾ ਇਹ ਕੀਤਾ, ਯਾਰ ਆਹ ਕੰਮ ਜਿਹੜੇ ਇਹ ਬੰਦੇ ਕਰਦੇ ਆ, ਇਹ ਤਾਂ ਮੈਂ ਕਰ ਸਕਦਾ, ਇਹ ਹੈਗਾ ਸੀ ਮਨ 'ਚ ਛੋਟੇ ਹੁੰਦੇ ਤੋਂ। ਫਿਰ ਸਕੂਲ 'ਚ ਗਾਉਣਾ, ਇੱਕ ਮੈਂ ਹੁੰਦਾ ਸੀ ਕਿ ਸਾਡੇ ਪਿੰਡ ਦਾ ਮੁੰਡਾ ਹੋਰ ਸੀ ਸੁਰਜੀਤ ਸਿੰਘ, ਉਹਨੂੰ ਸਾਰੇ ਭੋਲੂ ਭੋਲੂ ਕਹਿੰਦੇ ਸੀ, ਲੰਬੜਦਾਰਾਂ ਦਾ ਮੁੰਡਾ, ਉਹ ਵੀ ਵਧੀਆ ਗਾਉਂਦਾ ਸੀ, ਅਸੀਂ ਗਾਉਂਦੇ ਹੁੰਦੇ ਸੀ। ਅਤੇ ਇੱਕ ਕਵਿਤਾ ਹੋਰ ਹੁੰਦੀ ਸੀ, ਉਹ ਬੜੀ ਸੋਹਣੀ ਲੱਗਦੀ ਸੀ ਮੈਨੂੰ, ਹੁਣ ਤੱਕ ਵੀ ਸੋਹਣੀ ਲੱਗਦੀ ਹੈ। ਆਹ ਜਿਹੜੇ ਪੰਜਾਬ 'ਚ ਜਿਹੜਾ ਮਾਹੌਲ ਚੱਲਦਾ ਹੈ ਨਾ ਨਸ਼ਿਆਂ ਨੁਸ਼ਿਆਂ ਦਾ, ਉਦੋਂ ਚਾਹ ਨੂੰ ਵੀ ਨਸ਼ਾ ਮੰਨਿਆ ਜਾਂਦਾ ਸੀ। ਬਿਲਕੁਲ, ਲੋਕ ਕਹਿੰਦੇ ਸੀ ਯਾਰ ਅੰਗਰੇਜ਼ ਜਾਂਦੇ ਜਾਂਦੇ ਸਾਨੂੰ ਚਾਹ ਪੀਣ ਲੱਗ ਗਏ, ਇਸ ਤਾਂ ਲੱਸੀਆਂ ਦੁੱਧ ਪੀਣ ਵਾਲੇ ਬੰਦੇ ਸੀਗੇ। ਉਹ ਕਵਿਤਾ ਮੈਂ ਸੁਣਾਉਂਦਾ ਹੁੰਦਾ ਸੀ, ਉਹ ਕਹੋ ਤਾਂ ਇਹਦੇ ਵਿੱਚ ਹੀ ਮੈਂ ਸੁਣੀ ਹਾਂ, ਬਹੁਤ 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 ਵਧੀਆ। ਇੱਕ ਅੰਤਰਾ ਮੇਰੇ ਯਾਦ ਹੈ ਉਹਦਾ, ਕਵੀਸ਼ਰੀ ਰੰਗ ਸੀ ਉਹਦਾ ਜੀ, ਔਰਤਾਂ ਦੇ ਪੁਆਇੰਟ ਆਫ ਵਿਊ ਤੋਂ। ਜਦੋਂ ਅਮਲੀ ਦਾ ਹੱਥ ਫਿਰ ਜਾਵੇ, ਮੁੱਠੀ ਭਰ ਕੇ ਨਰੋਈ ਪਾਵੇ, ਉਹਨੂੰ ਅਜੇ ਵੀ ਸਬਰ ਨਾ ਆਵੇ, ਕਰ ਲੈਂਦਾ ਕਾਲੀ। ਕੱਟ ਭੈਣੇ ਨੀ ਦਿੱਤੇ ਚਾਹ ਚੰਦਰੀ ਨੇ, ਪੱਟ ਭੈਣੇ ਨੀ ਦਿੱਤੇ ਚਾਹ ਚੰਦਰੀ ਨੇ, ਪੱਟ ਭੈਣੇ। ਕੀ ਬਾਤ ਹੈ ਜੀ, ਅੱਜ ਇੱਕ ਨਵਾਂ ਤੁਹਾਡਾ ਹੋਰ ਟੈਲੈਂਟ ਪਤਾ ਲੱਗਿਆ ਜੀ, ਸਿੰਗਰ ਵੀ ਵਧੀਆ। ਉਹ ਮੈਂ ਬਹੁਤ ਲੋਕਾਂ ਨੂੰ ਸੁਣਾਈ ਹੈ ਕਵਿਤਾ, ਹੁਣ ਤੱਕ ਵੀ ਮੇਰੇ ਇਸੇ ਕਰਕੇ ਆਹ ਮੇਰੇ ਯਾਦ ਹੈ। ਸੱਥ 'ਚ ਲੋਕ ਖੜਾ ਲੈਂਦੇ ਹੁੰਦੇ ਜੀ ਸਾਰੇ ਇਕੱਠੇ। ਮੈਂ ਗਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਕਿ ਡਰਾਮਾ ਡਿਪਾਰਟਮੈਂਟ 'ਚ ਐਡਮਿਸ਼ਨ ਲੈਣ ਵਾਸਤੇ। ਉੱਥੇ ਮੈਨੂੰ ਮੇਰਾ ਪੁਰਾਣਾ ਦੋਸਤ ਮਿਲ ਗਿਆ, ਜਦੋਂ ਮੈਂ ਮਸਤੂਆਣਾ ਸਾਹਿਬ ਬੀ ਐੱਸ ਸੀ ਕਰ ਰਿਹਾ ਸੀ ਐਗਰੀਕਲਚਰ ਬੀ ਐੱਸ ਸੀ, ਤਾਂ ਉਹ ਮੈਨੂੰ ਕਹਿੰਦਾ ਜੇ ਤੂੰ ਐਕਟਰ ਬਣਨਾ ਨਾ
फिर इत्थे मिस्टर हरपाल टिवाणा नीना टिवाणा वो कपल एन एस डियां ने मैं पहली बार सुने एन एस डी की होंगी है एन एस डियां ने मैं नैशनल स्कूल ऑफ ड्रामा दिल्ली उतों के स्टूडेंट ने बहुत वधिया आर्टिस्ट ने वो एक प्ले कर रहे ने ते तुसीं हुणे चला जा होलो ग्राउंड पटियाले उत्थे ऑफिस दा उन्हां दा मैं हरपाल टिवाणा जी नूं ज्वाइन कर लिया बस उन्हां दी बदौलता बैठा तुहाडे सामने जी बिल्कुल तुहाडी मतलब गल्लां तों असीं बहुत कुछ सिख्या जी काफ़ी कुछ जिहड़ा इन्ना तुहाडी लाइफ दा तजर्बा मतलब वधिया लग्या है ना सारे नूं कि बिना असीं उह हंडाए सानूं तुसीं दस्सता है ना तो सोनिया जी अगला सवाल तुहानूं है जी तुसीं हिंदी पंजाबी फिल्मों तों अलावा तमिल है ना मराठी मालयालम फिल्मों 'च काम किया तो वो मतलब किन्ना टफ सी तुहाडे लई होर मतलब भाषा बोलना जी मलयालम तो बिल्कुल समझ ही नहीं लगती सी ठीक है जी और बहुत डिफिकल्ट लैंग्वेज है और रट्टे मारने पैंदे सीगे क्योंकि मलयालम यह जी लैंग्वेज है कि जेडे कि डब तो करते हैं बट ऑन द स्पॉट तुहानू लिपसिंग वास्ते तुहानू याद करने पैंदे ने यह जे शब्द बोल के तुहानू इमोशंस देने उसनू फील करके सो डिफिकल्ट सीगा तेलगू दे विच हजे इन्ना ये नहीं हैगा तेलगू दे विच जेडे क्लोजअप डायलॉग्स होंदे है वो याद करने पैंदे है क्योंकि लिपसिंग वास्ते जिहड़े दूर वाले डायलॉग होंदे है वो हिंदी च बोल देईदे है ओके जी वो फिर उहदे अकॉर्डिंगली वो लिपसिंग मैच कर लैंदे है ते फिर वो डबिंग किसी तो करवा लैंदे है सो डिफिकल्टी तो हैगी है बट इंट्रस्टिंग बहुत आ क्योंकि साउथ दे विच लोकी कला नू बहुत प्यार करदे है और कला दी बहुत रिस्पैक्ट करदे है कलाकारां दी बहुत रिस्पैक्ट करदे है एक्ट्रेसेस ते उत्थे मंदिर बनाउंदे ने सवेरे 5 बजे दा शो उठ के वेखण लई लोकी जांदे ने उत्थे फिल्म और मैं पंजाब दे विच अज तक किसे नूं सवेरे 5 बजे दा शो उठ के वेखण जांदिया होया नहीं देखिया मतलब जो उत्थे क्रेज आ भी ओह उहनां नूं रब ही समझ लैंदे आ जी जी बिल्कुल सही है रब ही मंनदे आ जी सोहिया जिवें असीं जाणदे आ सारे तुसीं बहुत बिजी एक्टर हो जदों तुहानूं कदे कोई दिन फ्री मिलता तो किमें समा बतीत करते हो जी समा तो कंधा चक्कर मारने वाली गल है और बतीत किमें करना ठीक है ठीक है पिंड एक्टर का मेरे को जो मेरे नाल का साथी कोई है नहीं बस फिर कंधा चक्कर ही मारी दी ने ये तो हो गया एवं छेड़खानी वाला जवाब उदों कुछ ना कुछ चक्के पढ़ लईद कुछ मैनू लिखण की बीमारी डायलॉग जो मैं लिखना बैठता बहुत सोहने लिखता पर छेती छेती मैं लिखता नहीं जो कोई छेड़छाड़ के एक बार शुरू करवा दे फिर एंड ला के हटी दा तो वो मेरी वीकनेस कह लो खासियत कह लो कि ये कम मैनू चंगा लगता है बाकी मैं पिंड कहीं भी मोढ़े रख ली दी है खेत जाने का मैं बहुत शौक है मोटर से जाके माड़ा मोटा कम कुम है उसे घर भी थोड़ा जा इत इत प्याज लगे हुआ इतने लसन लगे हुआ है खुरपा चके वो भी गुड़ देईदा तो यह योजे छोटे छोटे कम मैनू मेरा बचपन मेरा जट पुत होना याद याद किसान है ना जी हाँ वो याद करवाते रहते हैं जी 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 हूँ अगला सवाल जी मेरा दोनों है जी थानू लंका च वो केड़ी गल सी मतलब जिहड़ी तुहानूं करन लई मतलब जिहने खिच पाई मतलब खिचिया तुहानूं लंका च जिहड़ा वड्डी गल तां इह सी जदों मैनूं दस्सिया ना कि भई तुहाडे सामने जिहड़ी अपोजिट है तुहाडे ओह कुड़ी हैगी थोड़ा जिहा पैदा हो गया डर तां लगदा सी रोमांटिक एक्सप्रेशन बहुत सोहने दिते परफेक्ट आर्टिस्ट है नाल नाल वो गल नहीं इस करके मैं क्या भी अच्छा वो रूप चेंज कर रही है बेटी एक फिल्म जो मेरी बेटी बनी सी हुण ए रोल कर रही है करांगे थोड़ा चैलेंज लगे मैडम मैनू नूरी का जिहड़ा करैक्टर आ वो इंट्रस्टिंग लग्या सरदार सोही जी सीगे मेरा भी सेम रीज़न है एक मैनू तुहाडे विच ओ एक स्पार्क लग्या भी तुसी मेरे कोलों मैनू वो गल बहुत चंगी लगी कि तुसी मेरे कोल टिकरी बॉर्डर आए
जी थैंक यू। टिकरी बॉर्डर तुसी मेरे टेंट दे विच आ के बैठे और मेनू स्क्रिप्ट सुनाई, वो मेनू चंगी लगी, वो मेरे दिल नु छूई बहुत। हां क्योंकि तुसी बहुत बड़ी जिम्मेवारी निभा रहे सी, सो मेनू चंगा लगा। मैं क्या भी कोई मेरे को लेवे नहीं आया भी, वो भी बॉर्डर ते मैं क्या भी मैं तो इतनी रहनी हाँ जी, इतने आ जाओ आके मैंने स्क्रिप्ट सुना। मैं तो उदो ही पहुँच गया ही रात में जी, दो घंटे मैं आ गया जी मैं। सो मैंने चंगा लगा वो। हाँ जी हाँ जी, वो किसी भी इंसान की कि गल है जी अपने वाल खिंचती है? मैनू तो जो बंदा कोई मुस्कुरा के गल करता ना वो बहुत अच्छा लगता कि हाँ ये एटलीस्ट अंदर जिंदा तो हैगा यदा है ये जड़ा बंदा अंदरों अंदरों मरिया होंदा जिदे जिहदे जिहदे गल करन च ना मैच्योरिटी भी होवे पर एक जिहड़ा जिवें बच्चे दी आदतां हुंदियां ने मुस्कुरा के गल करना माफ़ भी कर देना रुस जाना फिर मन जाना उही जदों बंदा पहली लाइन बोलदा पता लग जांदा भी ये बंदा खुशनुमा सुभा दा वो अट्रैक्ट करदा जी। तुहानू सुनिया जी, मैनूं छोटे प्यारे बच्चे जिवें इन्हां ने कहा उन्हां दी क्यूट स्माइल वो मैनू अपने वाल खिंचदे ने क्योंकि बहुत इनोसेंट रब रूपी समाइल हुंदी है वो, सो खिंचदे आ। होर मैनू वो लोग अपने वाल ज़्यादा उन्हां वाल मेरा ध्यान जांदा है जिहड़े लोग थोड़ा ब्लंट हुंदे ने स्ट्रेट फॉरवर्ड हुंदे ने किसी भी सिचुएशन दे विच किसी चमचागिरी नहीं करदे सीधा डायरैक्ट बोलन की हिम्मत रखते ने और वो लोग मैनू सही लगते ने। Sonia, now over to you. So, Sohi साहब, मेरा पहला सवाल तुहाडे तो है, तुसी इन्नियां फिल्मां कीतियां, इन्ने किरदार कीते, कोई एदां दा किरदार जिहड़ा तुहाडा मन होवे करन दा और हजे तक तुहानू वो ऑफर ना आया होवे उहदे बारे दसो। पहला तो यह है कि मैं जो इस समय की फिल्म जिथों अपना सिनेमा पिछे गया अंग्रेज़ जिहड़ा किरदार मैं निभाया सी वह करैक्टर देखने तो बाद जो शाबाशी जो अवार्ड होंगे ने जो ये रिवार्ड तो मैं मिल गया सी अवार्ड मैं बहुत अफसोस रहा कि वो फिल्म सी ते एक मैं फिल्म होर की सी साहब बहादुर एमी विर्क वाली उहदे च इक किरदार मैनूं मिले सी कातिल दा वह करैक्टर उहो जिहा करैक्टर जदों फस जांदा पुलिस दे चक्कर च फिर बंदा उहो जो दसदा पुलिस नूं बयान दिंदा जो वह बयान उहे जे नहीं कदे किसी परफॉर्मेंस दे सकिया मैं जिहड़े उत्थे बयान दित्ते सीगे उह उत्थे सैट ते वी सारिआं ने कहा पर फिल्म दे ना चलण दा शायद ये खमियाजा भुगतना पैंदा होवे पर वो करैक्टर मेरा अज तक मैनूं याद रहिंदा कि बहुत सोहना करैक्टर सी। बाकी मैनूं आटे दी चिड़ी दा बड़ा अफसोस है, आटे दी चिड़ी उस फिल्म दा जे कहीए मुख पात्र जिहदा सुपना सी कि मेरा पंजाब आ तो आ हो गया वो मेरे वाला पात्र सीगा वो तो सुनेहा लोगों तक गया ही नहीं जिहड़ा पब्लिसिटी जिहड़ा जाना चाहिए होंदा वह मैनू चुभदा रहिंदा कि मेरी इन्नी मेहनत बहुत मेहनत की थी उस अंदरों खुभ के खेडिया सी। रवि जी तुहाडे तो क्वेश्चन है जी, तुहानू डायरेक्शन फील्ड विच आउण लई किहदी इंस्पिरेशन सीगी? मेरे पापा जी फिल्म वो हमेशा चाहते थे कि मैं डायरैक्टर बना तो हमेशा मैं उन्होंने दसा कि डायरैक्टर के काम की होंगे ने। ओके हाँ जी हाँ जी चलो ठीक है। सो ये सवाल सोही साहब तुहाडे तो है, वैसे तो यह सवाल असी कलाकार तो पूछते हैं सो तुहाडे तो पूछांगी मैं कि जे तुसी एक्टर ना होंदे तो फिर तुसी केड़े प्रोफेशन च होंदे? फिर ये तू किसे रांझे नू मिर्जे नू है महीवाल नू पुछ लें दी जे ते जे तेनू कुड़ी ना मिलदी इश्क करन वास्ते की करदा मर ही जांदा। क्या बात है सर, मतलब इन्ना प्यार करते थे नहीं मेरे पापा ने मैंने पूछा सी पुत्त तू उदास रहना की गल है
ਜਦੋਂ ਮੇਰੀ ਸਟੱਡੀ ਵਿਚਾਲੇ ਰੁਕ ਗਈ ਮੈਨੂੰ ਥੋੜ੍ਹੇ ਸਾਲ ਵਾਸਤੇ ਖੇਤੀ ਕਰਨੀ ਪੈ ਗਈ। ਪਾਪਾ ਮੈਨੂੰ ਕਹਿੰਦੇ ਚੱਲ ਸਿਹਤ ਬਣ ਜਾਓ ਥੋੜ੍ਹਾ ਜਿਹਾ, ਉਦੋਂ ਮੈਂ ਪਤਲਾ ਜਿਹਾ ਬਹੁਤ ਸੀਗਾ ਅਤੇ ਮੈਂ ਖੇਤ ਵੀ ਜਾਂਦਾ ਸੀ, ਕੰਮ ਜੀ ਲਾ ਕੇ ਕਰਦਾ ਸੀ। ਪਰ ਮੈਨੂੰ ਨਹੀਂ ਪਤਾ ਲੱਗਿਆ ਵੀ ਮਾਂ ਬਾਪ ਕਿਵੇਂ ਬੁੱਝ ਲੈਂਦੇ ਨੇ ਕਿ ਮੇਰਾ ਪੁੱਤ ਅੰਦਰੋਂ ਖੁਸ਼ ਨਹੀਂ ਦੁਖੀ ਰਹਿੰਦਾ। ਮੈਂ ਕਦੇ ਇਹ ਜ਼ਾਹਰ ਨਹੀਂ ਹੋਣ ਦਿੰਦਾ ਸੀਗਾ, ਲੇਕਿਨ ਪਾਪਾ ਕਹਿੰਦੇ ਬੇਟਾ ਕੀ ਗੱਲ ਹੈ, ਤੂੰ ਦੇਖ ਮੈਨੂੰ ਕੋਈ ਸ਼ਿਕਾਇਤ ਨਹੀਂ ਤੇਰੇ ਤੋਂ, ਬਹੁਤ ਸੋਹਣਾ ਕੰਮ ਤੂੰ ਖੇਤ ਜਿਹੜੇ ਸੀਰੀ ਸਾਂਝੀ ਸਾਡੇ ਉਹ ਵੀ ਤਾਰੀਫਾਂ ਕਰਦੇ ਆ ਕਿ ਕਈ ਵਾਰੀ ਸਾਨੂੰ ਜਦੋਂ ਕਣਕ ਵੱਢੀ ਦੀ ਹੈ ਜਾਂ ਕੰਮ ਕਰੀਦਾ ਉਹ ਸਾਨੂੰ ਨਾਲ ਨਹੀਂ ਲਾ ਲੈਂਦਾ, ਅੱਗੇ ਨਿਕਲ ਜਾਂਦਾ ਸਾਡੇ ਤੋਂ, ਬਹੁਤ ਜੀ ਲਾ ਕੇ ਕੰਮ ਕਰਦਾ। ਮੈਨੂੰ ਪਤਾ, ਪਰ ਮੈਨੂੰ ਇਹ ਵੀ ਪਤਾ ਵੀ ਤੂੰ ਤੇਰਾ ਮਨ ਅੰਦਰੋਂ ਉਦਾਸ ਹੈ, ਕੀ ਗੱਲ ਹੈ? ਮੈਂ ਕਿਹਾ ਪਾਪਾ ਪਹਿਲਾਂ ਤਾਂ ਇਹ ਗੱਲ ਤੁਸੀਂ ਇਹ ਗੱਲ ਪੁੱਛ ਲਈ, ਇਹ ਨਹੀਂ ਨਾ ਇੱਥੇ ਰੋਜ਼ ਕੰਡਾ ਚੋਹਦਾ ਸੀ ਕੱਢਤਾ ਉਹ। ਮੈਂ ਕਿਹਾ ਮੈਂ ਐਕਟਰ ਬਣਨ ਦਾ ਸੁਪਨਾ ਲਿਆ ਹੋਇਆ ਤਾਂ ਮੇਰਾ ਤਾਂ ਇਹ ਤਾਂ ਇਹ ਕੰਮ ਤਾਂ ਕੋਈ ਵੀ ਇਹ ਤਾਂ ਜੇ ਮੈਂ ਸੱਤਵੀਂ ਅੱਠਵੀਂ ਜਿਵੇਂ ਤੁਸੀਂ ਮੇਰੇ ਬਾਪ ਦਾਦੇ ਸਾਰੇ ਹੋਰ ਕਰਦੇ ਰਹੇ ਨੇ, ਮੇਰੇ ਬਜ਼ੁਰਗ ਕਰਦੇ ਰਹੇ ਨੇ ਖੇਤੀਆਂ, ਤਾਂ ਉਵੇਂ ਮੈਂ ਕਰੀ ਜਾਂਦਾ, ਫਿਰ ਮੇਰਾ ਸੁਪਨੇ ਦਾ ਕਤਲ ਹੋ ਰਿਹਾ ਉਹ। ਕਹਿੰਦੇ ਬੇਟਾ ਛਾਤੀ ਨਾਲ ਹੈ ਸਿਰ ਫੁਲਸਿਆ, ਕਹਿੰਦੇ ਪੁੱਤ ਮੈਨੂੰ ਤਾਂ ਨਹੀਂ ਪਤਾ ਐਕਟਰ ਕਿਵੇਂ ਬਣਦੇ ਹੈ, ਤੂੰ ਜਾ ਮੇਰਾ ਆਸ਼ੀਰਵਾਦ ਹੈ, ਤੂੰ ਲੱਭ ਐਕਟਿੰਗ ਕਿੱਥੋਂ ਸਿਖਾਈ ਜਾਂਦੀ ਕੀ ਹੈ। ਉਹਨਾਂ ਨੇ ਮੈਨੂੰ ਇਹ ਕਹਿ ਕੇ ਐਡਾ ਵੱਡਾ ਹੌਸਲਾ ਦਿੱਤਾ ਕਿ ਮੈਂ ਟਿਵਾਣਾ ਸਾਹਿਬ ਨੂੰ ਜੁਆਇਨ ਕੀਤਾ। ਇੱਕੋ ਹੀ ਗੱਲ ਨਹੀਂ ਮਾਪਿਆਂ ਦੀ, ਜਿਹੜੀ ਮੈਂ ਪਿੰਡ ਦੀ ਗੱਲ ਸੁਣਾਉਂਦਾ ਸੀ, ਬੰਦੇ ਪਿੰਡ ਦੇ ਬੰਦੇ ਟੋਕਦੇ ਸੀ, ਇਹ ਕਹਿੰਦੇ ਸੀ, ਉਹ ਕਹਿੰਦੇ ਸੀ, ਉਹ ਟੋਕਣ ਵਾਲੇ ਬੰਦੇ ਨੇ ਮੇਰੇ ਪਾਪਾ ਨੇ ਮੈਨੂੰ ਆ ਸਕਸੈਸ ਮਿਲਣ ਤੋਂ ਬਾਅਦ ਮੇਰੀ ਸਭ ਤੋਂ ਛੋਟੀ ਭੈਣ ਨੇ ਮੈਨੂੰ ਕਿਹਾ, ਵੀਰੇ ਤੈਨੂੰ ਪਤਾ ਪਾਪਾ ਨੇ ਇੱਕ ਵਾਰੀ ਉਹ ਪੰਡਿਤ ਨੂੰ ਕੀ ਕਿਹਾ ਸੀਗਾ ਕਿ ਪੰਡਿਤ ਜੀ ਮੈਨੂੰ ਮੇਰੇ ਪੁੱਤ ਬਾਰੇ ਨਾ ਟੋਕਿਆ ਕਰੋ, ਮੇਰੇ ਤਾਂ ਚੰਮ ਦੀ ਜੁੱਤੀ ਮੈਂ ਉਹਦੇ ਪੈਰਾਂ 'ਚ ਪੈ ਜਾਣ, ਮੈਂ ਆਪਦੇ ਆਪ ਨੂੰ ਪੱਗ ਵਾਲਾ ਸਮਝੂੰਗਾ। ਇਹੋ ਜਿਹੇ ਮਾਪੇ ਪਿੱਛੇ ਹੋਣ ਫਿਰ ਤਾਂ ਔਲਾਦ 'ਤੇ ਲਾਣ ਤਾਂ, ਜੇ ਉਹ ਸਕਸੈਸ ਨਹੀਂ ਹੁੰਦਾ ਜੀ ਬਿਲਕੁਲ, ਫਿਰ ਉਹ ਗਲਤ ਰਾਹ ਫੜੀ ਫਿਰਦਾ। ਮੈਨੂੰ ਵੀ ਇਸ ਗੱਲ ਦਾ ਫਖਰ ਹੈ ਕਿ ਮੈਂ ਰਾਹ ਵੀ ਸਹੀ ਫੜਿਆ ਸੀ ਅਤੇ ਮੇਰੇ ਮਾਪਿਆਂ ਨੇ ਮੇਰਾ ਸਾਥ ਵੀ ਦਿੱਤਾ। ਦੈਟਸ ਰੀਲੀ ਨਾਈਸ, ਇਮੋਸ਼ਨਲ ਕਰਤਾ ਤੁਸੀਂ ਸੁਣੀ ਸਾਫ। ਬਹੁਤ ਘੱਟ ਬੱਚੇ ਹੁੰਦੇ ਆ ਜਿਨ੍ਹਾਂ ਦੇ ਪੇਰੈਂਟਸ ਲਾਈਕ ਇਸ ਤਰੀਕੇ ਦੇ ਨਾਲ ਇੰਨਾ ਸਪੋਰਟਿਵ ਹੁੰਦੇ ਆ। ਓਕੇ, ਆਪਣੇ ਦਿਲ 'ਚੋਂ ਨਿਕਲੀ ਆਵਾਜ਼ ਨਾਲ ਇਸ ਲਾਈਨ ਦਾ ਉੱਤਰ ਦਿਓ, ਜੇ ਜ਼ਿੰਦਗੀ 'ਚ ਉਹ ਨਾ ਹੁੰਦਾ ਤਾਂ ਮੈਂ ਇੱਥੇ ਨਾ ਹੁੰਦਾ। ਜੇ ਹਰਪਾਲ ਟਿਵਾਣਾ ਸਾਹਿਬ ਨਾ ਹੁੰਦੇ ਮੈਂ ਇੱਥੇ ਨਾ ਹੁੰਦਾ। ਓਕੇ, ਐਂਡ ਤੁਸੀਂ? ਜੇ ਮੈਂ ਓਸ਼ੋ ਨਾ ਪੜ੍ਹਦਾ ਜੀ ਤਾਂ ਸ਼ਾਇਦ ਇੱਥੇ ਨਾ ਹੁੰਦਾ। ਚਲੋ ਸੋਹੀ ਸਾਹਿਬ, ਜੇ ਤੁਹਾਨੂੰ ਮੌਕਾ ਮਿਲਦਾ ਕਿ ਪਾਸਟ ਵਿੱਚ ਜਾ ਕੇ ਤੁਸੀਂ ਕੋਈ ਗਲਤੀ ਸੁਧਾਰ ਸਕਦੇ ਹੋ, ਕੁਛ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਐਡ ਕਰ ਸਕਦੇ ਹੋ, ਤਾਂ ਉਹ ਕੀ ਹੁੰਦਾ? ਮੈਂ ਗੋਡੀ ਹੱਥ ਲਾਉਣਾ ਸਿੱਖ ਲੈਂਦਾ ਫਿਰ ਮੈਂ ਬਹੁਤ ਬਹੁਤ ਕਾਮਯਾਬ ਹੁੰਦਾ। ਅੱਛਾ, ਸਹੀ ਹੈ। ਤੇ ਗਲਤੀ ਕਿਹੜੀ ਸੁਧਾਰ ਦੇ? ਆਹੀ ਗਲਤੀ। ਅੱਛਾ, ਗੋਡੀ ਇਹ ਜ਼ਰੂਰੀ, ਇਹ ਵੀ ਜ਼ਰੂਰੀ ਆ ਸਕਸੈਸ ਵਾਸਤੇ, ਇਹਦੇ ਬਿਨਾਂ ਸਕਸੈਸ ਨਹੀਂ ਮਿਲਦੀ। ਜੇ ਤੁਹਾਡੇ ਗਲਤ ਧੌਣ 'ਚ ਕਿਲਾ ਫਤਿਆ ਰਹੇ ਨਾ ਮਿਲਦੀ ਨਹੀਂ, ਤਾਂ ਹੀ ਆਪਾਂ ਇੱਥੇ ਬੈਠੇ ਹਾਂ। ਚਲੋ ਚਲੋ, ਸੋਹੀ ਸਾਹਿਬ ਹੁਣ ਸਵਾਲ ਪੁੱਛਣ ਦੀ ਵਾਰੀ ਤੁਹਾਡੀ। ਕਿੰਨਾ ਸੌਖਾ ਕੰਮ ਦਿੱਤਾ ਮੈਨੂੰ ਅੱਜ। ਲਓ ਜੀ, ਮੈਂ ਵੈਸੇ ਸਵਾਲ ਜ਼ਿਆਦਾ ਕਰਦਾ ਨਹੀਂ ਹੁੰਦਾ, ਪਰ ਅੱਜ ਹੁਣ ਦੇਖਦੇ ਹਾਂ। ਅੱਛਾ ਸੋਨੀਆ ਜੀ, ਪਹਿਲਾ ਸਵਾਲ ਤੁਹਾਨੂੰ ਕਰਦਾ, ਲੰਕਾ 'ਚ ਕੀਤੇ ਤੁਹਾਡੇ ਕਿਰਦਾਰ 'ਚੋਂ ਜੇ ਤੁਸੀਂ ਕੋਈ ਇੱਕ ਚੀਜ਼ ਆਪਣੀ ਪਰਸਨੈਲਿਟੀ 'ਚ ਐਡ ਕਰਨੀ ਚਾਹੋ ਤਾਂ ਉਹ ਕਿਹੜੀ ਚੀਜ਼ ਹੋਵੇਗੀ? ਐਡ ਕਰਨੀ ਚਾਹਵਾਂ ਤੇ ਮੈਂ ਐਕਚੁਅਲੀ ਲੰਕਾ 'ਚ ਬਹੁਤ ਬਹੁਤ ਕੁਛ ਹੈ ਤੁਹਾਡਾ ਜਿਹੜਾ ਤੁਸੀਂ ਕਿਰਦਾਰ ਕੀਤਾ, ਬਹੁਤ ਕੁਛ ਹੈ।
ਉਹਦੇ ਵਿੱਚ ਹੈ ਲਾਲਚ ਪਿਆਰ ਬਦਲਾ ਹੈ ਪਿਆਰ ਤੇ ਵੇਖੋ ਕੋਈ ਨਹੀਂ ਸੀਗਾ ਉਹ ਚ ਜੇ ਇੰਨਾ ਹੀ ਪਿਆਰ ਹੁੰਦਾ ਤੇ ਉਹਨੂੰ ਛੱਡ ਕੇ ਥੋੜਾ ਚਲ ਜਾਂਦੀ ਪਿਆਰ ਪਿਓਰ ਨੇ ਕਲੈਵਰਨੈਸ ਥੋੜੀ ਚਲਾਕੀ ਜਿਹੜੀ ਸੋਨੀਆ ਮਾਨ ਨੂੰ ਲੋੜ ਹੈ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵਿਚਰਨ ਵਾਸਤੇ ਇੱਕ ਡਿਪਲੋਮੈਸੀ ਜਿਸ ਤਰੀਕੇ ਦੇ ਨਾਲ ਉਹ ਸ਼ਾਤਰ ਦਿਮਾਗ ਸੀਗੀ ਉਹ ਥੋੜਾ ਜਿਹਾ ਮੈਨੂੰ ਮੇਰੇ ਵਿੱਚ ਆਉਣਾ ਚਾਹੀਦਾ ਉਹ ਸਭ ਕੁਛ ਚਾਹੀਦਾ ਹੈ ਜ਼ਿੰਦਗੀ ਜੀਵਨ ਜ਼ਰੂਰੀ ਹੈ ਅੱਜ ਦੇ ਜ਼ਮਾਨੇ ਮੁਤਾਬਕ ਬਹੁਤ ਸਹੀ ਜਵਾਬ ਦਿੱਤਾ ਜੇ ਉਹ ਤੁਹਾਡੀ ਪਰਸਨੈਲਿਟੀ ਸ਼ਾਮਿਲ ਹੋ ਜੇ ਤੁਸੀਂ ਬਹੁਤ ਕੱਦਾਵਰ ਪੋਲੀਟੀਸ਼ੀਅਨ ਹੋਵੋਗੇ ਹੁਣ ਮੈਂ ਕੁਛ ਸ਼ਬਦ ਬੋਲਦਾ ਅਤੇ ਉਸ ਸ਼ਬਦ ਨੂੰ ਸੁਣ ਕੇ ਜੋ ਖਿਆਲ ਜਾਂ ਕਿੱਸਾ ਪਹਿਲਾਂ ਦਿਮਾਗ 'ਚ ਆਉਂਦਾ ਹੈ ਤੁਸੀਂ ਉਹ ਦੱਸਣਾ ਬਚਪਨ ਬਚਪਨ ਪਹਿਲਾ ਖਿਆਲ ਪਹਿਲਾ ਕਿੱਸਾ ਬਚਪਨ ਦਾ ਮਾਂ ਹਾਂ ਕਿੱਸੇ ਬਾਰੇ ਸੁਣਾ ਦਿਓ ਕਿੱਸਾ ਕੀ ਆਉਂਦਾ ਵਾ ਮਤਲਬ ਮੈਂ ਮੇਰਾ ਬਚਪਨ ਮੇਰੇ ਮੰਮਾ ਦੇ ਕਲੋਜ਼ ਹੀ ਰਿਹਾ ਆ ਜ਼ਿਆਦਾ ਔਰ ਕਿਉਂਕਿ ਮੈਂ ਪਾਪਾ ਨੂੰ ਦੇਖਿਆ ਨਹੀਂ ਸੋ ਮੇਰੀ ਮਾਂ ਨੇ ਮੈਨੂੰ ਦੋਵਾਂ ਦਾ ਪਿਆਰ ਦਿੱਤਾ ਬਚਪਨ 'ਚ ਸੋ ਪਹਿਲਾ ਕਿੱਸਾ ਇਹੀ ਕਿ ਲਾਈਕ ਮੇਰੀ ਮੰਮਾ ਨੇ ਮਤਲਬ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਭਾਵੇਂ ਮੇਰੀ ਮਾਂ ਦੇ ਕੋਲ ਕੋਈ ਚੀਜ਼ ਹੋਵੇ ਨਾ ਹੋਵੇ ਉਹਨਾਂ ਨੇ ਹਮੇਸ਼ਾ ਉਹ ਚੀਜ਼ ਭਾਵੇਂ ਅੱਧੀ ਰਾਤ ਨੂੰ ਮੈਂ ਮੰਗੀ ਆ ਅਤੇ ਉਹ ਮੈਨੂੰ ਪ੍ਰੋਵਾਈਡ ਕੀਤੀ ਆ ਭਾਵੇਂ ਗੁਆਂਢੀਆਂ ਦੇ ਘਰ ਜਾ ਕੇ ਮੰਮੀ ਨੇ ਕਿਹਾ ਵੀ ਕੇਲੇ ਹੈਗੇ ਆ ਮੇਰੀ ਕੁੜੀ ਨੂੰ ਭੁੱਖ ਲੱਗੀ ਉਹਨੇ ਕੇਲੇ ਹੀ ਖਾਣੇ ਆ ਅੱਛਾ ਜੀ ਤੁਹਾਡੇ ਵਾਸਤੇ ਇਹੀ ਕੁਐਸਚਨ ਹੈ ਇਹਦੇ 'ਚੋਂ ਬਚਪਨ ਹੈ ਪਹਿਲਾ ਪਿਆਰ ਲਾਸਟ ਪਲੈਨ ਬਚਪਨ ਪਹਿਲਾ ਪਿਆਰ ਲਾਸਟ ਪਲੈਨ ਕੀ ਹੈ ਜ਼ਿੰਦਗੀ 'ਚ ਅੱਛਾ ਲਾਸਟ ਪਲੈਨ ਆਖਰੀ ਕੀ ਬਣ ਕਰਨਾ ਚਾਹੁੰਦੇ ਹੋ ਇਹਨਾਂ 'ਚ ਇੱਕ ਕੋਈ ਜਵਾਬ ਫੜ ਲਓ ਇੱਕ ਚੀਜ਼ ਪਹਿਲਾ ਪਿਆਰ ਦੱਸ ਦਿਓ ਫਸਟ ਲਵ ਕੀ ਹੈ ਤੁਹਾਡਾ ਉਹ ਜੀ ਮੈਂ ਹਜੇ ਦੱਸਣਾ ਨਹੀਂ ਚਾਹੁੰਦਾ ਹੁੰਦਾ ਹਰੇਕ ਦਾ ਅੱਛਾ ਅਤੇ ਉਹ ਥੋੜ੍ਹਾ ਜਿਹਾ ਅਤੇ ਬਾਕੀ ਮੈਂ ਆਪਣੇ ਪਿਆਰ ਨੂੰ ਤੁਸੀਂ ਮੈਨੂੰ ਲੱਗਦਾ ਵੀ ਇੱਕੋ ਉਹਦੇ 'ਚ ਬੰਨ ਲਿਆ ਹੈਂ ਪਿਆਰ ਪਹਿਲਾ ਪਿਆਰ ਉਹੀ ਹੁੰਦਾ ਹੈ ਹੋਰ ਵੀ ਪਿਆਰ ਹਾਂ ਨਹੀਂ ਪਰ ਪਹਿਲਾ ਪਿਆਰ ਮੈਂ ਪਹਿਲਾਂ ਤੋਂ ਇਹਨੂੰ ਥੋੜ੍ਹਾ ਫਿਲਮੀ ਰਿਹਾ ਮੈਨੂੰ ਬੜਾ ਜਲਦੀ ਹੋ ਗਿਆ ਸੀਗਾ ਅਤੇ ਉਹ ਚੀਜ਼ ਮਤਲਬ ਨਹੀਂ ਬੱਚੇ ਬਹੁਤ ਅੱਗੇ ਜਾ ਕੇ ਅਤੇ ਉਹ ਬੜਾ ਫਿਲਮੀ ਮਤਲਬ ਮੈਂ ਆਪਣੇ ਆਪ ਨੂੰ ਉਸ ਟਾਈਮ ਦੇ ਵਿੱਚ ਅਮਿਤਾਭ ਬੱਚਨ ਹੀ ਸਮਝਦੇ ਸੀ ਆਪਾਂ ਹੈ ਨਾ ਉਹ ਤਾਂ ਹਰ ਇੱਕ ਪਰ ਕਈ ਵਾਰੀ ਮਾਹੌਲ ਇੱਦਾਂ ਦਾ ਹੁੰਦਾ ਕਿ ਮੇਰੇ ਡੈਡੀ ਬੜੇ ਵਧੀਆ ਬੋਂਬੇ ਰਹਿੰਦੇ ਸੀ ਉਹ ਮਾਹੌਲ ਨਾਲ ਲੈ ਕੇ ਘੁੰਮਣਾ ਫਿਰਨਾ ਮਤਲਬ ਹੈ ਨਾ ਸੀਗਾ ਅਸੀਂ ਮੇਰੇ ਡੈਡੀ ਯਾਦ ਆਉਂਦੇ ਜੋ ਤੁਸੀਂ ਬਚਪਨ ਦਾ ਕੋਈ ਵੀ ਪਹਿਲਾਂ ਕਿੱਸਾ ਪੁੱਛਿਆ ਅਤੇ ਮੈਨੂੰ ਬਹੁਤ ਪਿਆਰ ਕਰਦੇ ਸੀ ਉਹ ਮੈਨੂੰ ਕੋਈ ਪ੍ਰੋਬਲਮ ਆਈ ਹਾਰਟ ਦੀ ਅਸੀਂ ਏਮਸ ਦੇ ਵਿੱਚ ਗਏ ਤਾਂ ਉੱਥੋਂ ਡਾਕਟਰ ਨੇ ਜਵਾਬ ਦਿੱਤਾ ਕਿ ਇਹਦੀ ਸੇਵਾ ਕਰ ਲਓ ਕਿ ਵੀ ਇਹ ਥੋੜ੍ਹੇ ਦਿਨ ਹੀ ਚੱਲ ਸਕਦਾ ਤਾਂ ਫਿਰ ਮੇਰੇ ਡੈਡੀ ਬਰਨਾਲੇ ਆਏ ਬਰਨਾਲੇ ਦੇ ਵਿੱਚ ਇੱਕੋ ਹੀ ਫੋਟੋ ਸਟੂਡੀਓ ਹੁੰਦਾ ਸੀ ਅਤੇ ਉਹਨਾਂ ਨੇ ਮੈਨੂੰ ਸਟੂਲ 'ਤੇ ਖੜਾ ਕੇ ਮਤਲਬ ਨਾਲੇ ਉਹਨਾਂ ਦੇ ਹੰਝੂ ਆ ਜਾ ਕਰਨ ਵਾਰ ਵਾਰ ਫੋਟੋ ਖਿਚਾਉਣ 'ਚ ਬਹੁਤ ਟਾਈਮ ਲੱਗਿਆ ਸੀ ਕਿ ਹਰ ਫੋਟੋ ਵਾਰੀ ਉਹਨਾਂ ਦੇ ਹੰਝੂ ਨਿਕਲ ਜਾਂਦੇ ਸੀ ਲਾਸਟ ਫੋਟੋ ਸਮਝ ਕੇ ਉਹਨਾਂ ਨੇ ਮੇਰੇ ਨਾਲ ਫੋਟੋ ਖਿਚਵਾਈ ਸੀ ਪਰ ਉਹ ਚਲੇ ਗਏ ਮੇਰੇ ਫਿਕਰਾਂ 'ਚ ਅੱਜ ਮੈਂ ਫਿਰ ਵੀ ਚਾਹੁੰਦਾ ਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਪਤਾ ਨਹੀਂ ਕਿਰਪਾ ਅਤੇ ਕੀ ਕਹਿ ਸਕਦਾ ਪਤਾ ਨਹੀਂ ਮਤਲਬ ਉਹ ਡੈਡੀ ਚਲੇ ਗਏ ਦੁੱਖ ਹੈ ਮੈਂ ਅੱਜ ਹੈਗਾ ਜੇ ਉਹ ਹੁੰਦੇ ਸ਼ਾਇਦ ਮੈਂ ਬਹੁਤ ਖੁਸ਼ ਹੁੰਦੇ ਅੱਜ ਦੇ ਚਲੋ ਡੈਡੀ ਦੇ ਸੁਪਨੇ ਪੂਰੇ ਕਰੋਗੇ ਨਾ ਹਾਂਜੀ ਗੁੱਡ ਹੈ ਮੇਰੇ ਕੀਤੇ ਗਏ ਕਿਰਦਾਰਾਂ 'ਚੋਂ ਕੋਈ ਇੱਕ ਕਿਰਦਾਰ ਜੋ ਤੁਹਾਨੂੰ ਲੱਗਦਾ ਕਿ ਅੰਡਰ ਰੇਟਡ ਰਿਹਾ ਉਹਨੂੰ ਹੋਰ ਮਕਬੂਲ ਹੋਣਾ ਚਾਹੀਦਾ ਸੀ ਕਿਹੜਾ ਸਾਹਿਬ ਬਹਾਦਰ ਦਾ ਜੀ ਸਾਹਿਬ ਬਹਾਦਰ ਫਿਲਮ ਦੇ ਕਰੈਕਟਰ ਸੀ ਜਿਹੜਾ ਜੀ ਉਹ ਤਾਂ ਮੈਂ ਦੱਸ ਦਿੱਤਾ ਉਹ ਉਹੀ ਰਿਹਾ ਮੈਂ ਵੀ ਉਹੀ ਦੇਖਿਆ ਜਾਂ ਫਿਰ ਇਹ ਸੀਗਾ ਜੀ ਮੋਟਰ ਮਿੱਤਰਾਂ ਦੀ ਨਹੀਂ ਮੈਨੂੰ ਤਾਂ ਵਧੀਆ ਲੱਗਾ ਸੀ ਮੋਟਰ ਮਿੱਤਰਾਂ ਦੀ ਨਹੀਂ ਉਹ ਅੰਡਰ ਰੇਟਡ ਰਿਹਾ ਹੋਰ ਪਾਪੂਲਰ ਹੋ ਗਿਆ ਲੋਕਾਂ 'ਚ ਪਾਪੂਲਰ ਅੱਛਾ ਲੋਕਾਂ 'ਚ ਹਾਂ ਉਹ ਸੋਹੀ ਸਾਹਿਬ ਨੇ ਸਭ ਤੋਂ ਬੈਸਟ ਜੀ ਰੋਲ ਕੀਤਾ ਸੀਗਾ ਮੋਟਰ ਮਿੱਤਰਾਂ ਜੀ ਦੇ ਵਿੱਚ ਔਰ ਮਤਲਬ ਇੰਨਾ ਜ਼ਿਆਦਾ ਹਾਸਾ ਵੀ ਆਉਂਦਾ ਸੀਗਾ ਮਤਲਬ ਉਹ ਕਰੈਕਟਰ ਜਿੰਨਾ ਹਾਈਲਾਈਟ ਹੋਣਾ ਚਾਹੀਦਾ ਸੀ ਲੋਕਾਂ ਦੇ ਵਿੱਚ ਪਾਪੂਲਰ ਹੋਣਾ ਚਾਹੀਦਾ ਸੀਗਾ ਮੈਨੂੰ ਲੱਗਦਾ ਨਹੀਂ ਉਹ ਹੋਇਆ ਨਹੀਂਗਾ ਉਹ ਜੀ ਉਹ ਹੋਣਾ ਚਾਹੀਦਾ ਸੀਗਾ ਉਹ ਦਰਅਸਲ ਕੀ ਹੁੰਦਾ ਹੈ ਕਿ ਉਹੀ ਗੱਲ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ ਸਾਹਿਬ ਬਹਾਦਰ ਹਿੱਟ ਨਹੀਂ ਹੋਈ ਕਰੈਕਟਰ ਵੀ ਵੱਡੇ ਵੱਡੇ ਐਕਟਰ ਮਾਰ ਖਾ ਜਾਂਦੇ ਨੇ ਬਹੁਤ ਸੋਹਣੀ ਪਰਫੋਰਮੈਂਸਿਸ ਹੁੰਦੀਆਂ ਨੇ ਜੇ ਫਿਲਮ ਨਹੀਂ ਚੱਲਦੀ ਜੇ ਫਿਲਮ ਚੱਲਦੀ ਹੈ ਉਹ ਸਾਂਭਾ ਮਹਿਕਮੋਨ ਵੀ ਹਿੱਟ ਹੋ ਜਾਂਦਾ ਪਰ ਤੁਸੀਂ ਪਤਾ ਕੀ ਕਰਿਆ ਕਰੋ ਸੋਹੀ ਸਾਹਿਬ ਜਿਹੜੀ ਤੁਹਾਡੀ ਫਿਲਮ ਦੇ ਵਿੱਚ ਡਾਇਲੋਗ ਜਿਵੇਂ ਉਹ ਮੋਟਰ ਮਿੱਤਰਾਂ ਦੀ ਦਾ ਸੀਗਾ ਉਹ ਉਨੀ ਕੁ ਕਲਿੱਪ ਕੱਟ ਕੇ ਪਾ ਦਿਆ ਕਰੋ ਅਤੇ ਵਾਇਰਲ ਹੋ ਗਈ ਅੱਜ ਕੱਲ੍ਹ ਤਾਂ ਵਾਇਰਲ ਹੋਣ ਦਾ ਜ਼ਮਾਨਾ ਆ ਨਹੀਂ ਉਹਦੀ 'ਚ ਡਾਇਲੋਗ ਡਿਲੀਵਰੀ ਦੀ ਥਾਂ 'ਤੇ ਜਿਹੜੀ ਮੇਰੀ ਵਾਕ ਸੀ ਨਾ ਉਹਨੇ ਮੈਨੂੰ ਵੀ ਬਹੁਤ ਦੁਖੀ ਕੀਤਾ ਉਹ
ਮੇਰੇ ਇੱਥੋਂ ਗੋਡਿਆਂ ਤੋਂ ਉੱਪਰ ਥਾਈ ਥਾਈ ਇਹ ਸ਼ਾਮ ਨੂੰ ਅਕੜ ਜਾਂਦੇ ਸੀ ਬਹੁਤ, ਮਤਲਬ ਜਿਸ ਤਰੀਕੇ ਨਾਲ ਤੁਹਾਡੇ ਐਮੀ ਬਿਨਾ 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 ਗੋਡਾ ਮੋੜੇ ਦੌੜ ਰਿਹਾ ਸੀ ਮੈਂ ਸਿੱਧੀ ਟੰਗ ਨਾਲ। ਯਾ ਔਰ ਇਹਨਾਂ ਦੀ ਹੈਂਡ ਮੂਵਮੈਂਟ ਵੀ ਇਸ ਤਰੀਕੇ ਦੇ ਨਾਲ ਹੱਥ ਜਿਹਾ ਸੀਗਾ। ਹਾਂਜੀ ਹਾਂਜੀ। ਔਰ ਇੱਕ ਜਿਹੜਾ ਪਹਿਰਾਵਾ ਜੋਗੀਆਂ ਵਾਲਾ ਪੂਰਾ, ਉਹ ਮਤਲਬ ਬਹੁਤ ਆਊਟਸਟੈਂਡਿੰਗ ਸੀਗਾ, ਔਖਾ ਕੰਮ ਸੀ ਜੀ। ਬਹੁਤ ਤਾਰੀਫ ਹੋ ਗਈ ਮੇਰੀ। ਤੇ ਇਹ ਲਾਸਟ ਕੁਐਸਚਨ ਸੀ ਕਿ ਮੇਰਾ। ਵਾਹ ਬਈ, ਸਵਾਲ ਜਵਾਬ ਵਾਲੇ ਤਾਂ ਤੁਸੀਂ ਚੇਬੇ ਕੱਢਤੇ, ਪਰ ਹਜੇ ਹੋਰ ਵੀ ਬਹੁਤ ਕੁਛ ਬਾਕੀ ਹੈ। ਹੁਣ ਵਧਦੇ ਆ ਆਪਾਂ ਸਾਡੇ ਇਮੇਜਿਨਰੀ ਜ਼ੋਨ ਵੱਲ। ਮੈਂ ਤੁਹਾਨੂੰ ਦਵਾਂਗੀ ਇੱਕ ਸਿਚੁਏਸ਼ਨ, ਤੇ ਉਸ ਸਿਚੁਏਸ਼ਨ 'ਚ ਸੁਰੀਲੀ ਨਾਲ ਵਿਰਾਜਮਾਨ ਅਦਾਕਾਰ ਕੀ ਕਰਨਗੇ, ਮੈਂ ਇਹ ਜਾਣਨਾ ਚਾਹੁੰਦੀ ਹਾਂ। ਤਾਂ ਕਰੀਏ ਸ਼ੁਰੂ। ਸੋਹੀ ਸਾਹਿਬ, ਸਪੋਜ਼ ਕਰੋ ਕਿ ਤੁਹਾਡੇ ਸਾਹਮਣੇ ਕੋਈ ਜਿੰਨ ਪ੍ਰਗਟ ਹੁੰਦਾ ਤੇ ਉਹ ਕਹਿੰਦਾ, ਸੋਹੀ ਸਾਹਿਬ ਤੁਸੀਂ ਜੋ ਕਹੋ ਮੈਂ ਤੁਹਾਨੂੰ ਉਹ ਪਾਵਰ ਦੇ ਸਕਦਾ ਜਿਹਦੇ ਨਾਲ ਤੁਹਾਡੀ ਲਾਈਫ ਹੋਰ ਵੀ ਈਜ਼ੀ ਹੋ ਸਕਦੀ ਹੈ। ਪਾਵਰ ਵੀ ਤੁਹਾਡੀ ਮਰਜ਼ੀ ਦੀ। ਤਾਂ ਤੁਸੀਂ ਕਿਹੜੀ ਪਾਵਰ ਲੈਣਾ ਚਾਹੋਗੇ? ਠੀਕ ਕਿਉਂ, ਇਹ ਜੋ ਜਿੰਨ ਭੂਤ ਦੀ ਆਵਾਜ਼ ਆਈ ਹੈ ਨਾ, ਇਹਦੇ ਤੋਂ ਮੈਂ ਇੱਕ ਫਾਇਦਾ ਉਠਾ ਸਕਦਾ ਸੀ ਕਿ ਜਿਹੜੇ ਪ੍ਰੋਡਿਊਸਰ ਕੋਲ ਜਾਵਾਂ ਉਹਦੇ ਕੋਲ ਜਿੰਨ ਭਾਈ ਸਾਹਿਬ ਬੜੇ ਨਰਮ ਜਿਹੇ ਬਣ ਕੇ ਅੰਦਰ ਵੜ ਜਾਣਾ, ਉਹਦੇ ਉਹਨੂੰ ਕਹਿਣਾ ਵੇ ਮੁੰਡਾ ਆ ਗਿਆ ਤਾਂ ਕੰਮ ਕਰਨਾ ਹੀ ਦੇਖ ਲਿਆ, ਤੈਨੂੰ ਠੋਕ ਦੂੰ ਤੈਨੂੰ, ਮੇਰਾ ਕੰਮ ਬਣ ਜਾ ਕਰਦਾ। ਨੈਕਸਟ ਸਿਚੁਏਸ਼ਨ ਸੋਨੀਆ ਤੁਹਾਡੇ ਲਈ, ਮੰਨ ਲਓ ਕਿ ਤੁਸੀਂ 10 ਕਰੋੜ ਦੀ ਲੋਟਰੀ ਜਿੱਤ ਜਾਂਦੇ ਹੋ ਤੇ ਉਹ ਰੁਪਏ ਤੁਸੀਂ ਇੱਕ ਹਫ਼ਤੇ 'ਚ ਸਪੈਂਡ ਕਰਨੇ ਆ, ਤੁਹਾਡੇ ਜਿੱਤੇ ਮਨੀ ਪ੍ਰਾਈਜ਼ ਦਾ ਮੋਟਾ ਮੋਟਾ ਖਰਚਾ ਤੁਸੀਂ ਕਿੱਥੇ ਕਰੋਗੇ ਤੇ ਕਿਉਂ? ਉਵੇਂ ਤਾਂ ਮੇਰੇ ਸੁਪਨੇ ਬਹੁਤ ਆ, ਬਟ ਹੁਣ ਲੋਟਰੀ ਨਿਕਲ ਗਈ ਸਮਝ ਨਹੀਂ ਲੱਗਣ ਦੀ। ਅਤੇ ਮੈਂ 10 ਕਰੋੜ ਰੁਪਈਏ ਦਾ ਕੀ ਕਰੂੰਗੀ ਜੀ? ਸਭ ਤੋਂ ਪਹਿਲਾਂ ਤਾਂ ਮੈਂ ਕੁਝ ਚੀਜ਼ਾਂ ਮੈਂ ਕਰੂੰਗੀ ਵੀ ਜਿਵੇਂ ਮੈਂ ਲਾਇਬ੍ਰੇਰੀਜ਼ ਬਣਾਉਣਾ ਚਾਹੁੰਦੀ ਹਾਂ ਕੁਛ ਬੱਚਿਆਂ ਵਾਸਤੇ, ਜਿੱਥੇ ਫ੍ਰੀ IAS ਕਿਤਾਬਾਂ ਹੋਣ ਔਰ ਸਾਰਾ ਜਿਹੜੇ ਬੱਚੇ ਅਫੋਰਡ ਨਹੀਂ ਕਰ ਪਾਉਂਦੇ ਹੈ ਨਾ, ਉਹਨਾਂ ਵਾਸਤੇ ਵੀ ਮੈਂ ਕੁਛ ਕਰਨਾ ਚਾਹੁੰਦੀ ਹਾਂ। ਔਰ ਬਾਕੀ ਕੁਛ ਸਿਲਾਈ ਸੈਂਟਰ ਵੀ ਖੋਲ੍ਹਣਾ ਚਾਹੁੰਦੀ, ਕਿਉਂਕਿ ਮੇਰੀ ਮਾਈ ਭਾਗੋ ਚੈਰਿਟੀ 'ਚ ਪੈਸੇ ਨਹੀਂ ਆਉਂਦੇ ਪਏ, ਕੋਈ ਡੋਨੇਟ ਨਹੀਂ ਕਰ ਰਿਹਾ, ਸੋ ਮੇਰੇ ਵੱਲੋਂ ਜਿੰਨਾ ਹੋ ਸਕਦਾ ਮੈਂ ਸਿਲਾਈ ਮਸ਼ੀਨਾਂ ਪਿੰਡਾਂ ਆਪਣੇ ਪਿੰਡ ਦਿੱਤੀਆਂ ਸੀਗੀਆਂ ਹੋਰ ਵੀ ਦੇਣਾ ਚਾਹੁੰਦੀ, ਤਾਂ ਕਿ ਰੋਜ਼ਗਾਰ ਹੋਰ ਜਨਰੇਟ ਹੋਵੇ ਪਿੰਡ ਦੀਆਂ ਕੁੜੀਆਂ ਦੇ ਵਿੱਚ। ਔਰ ਬਾਕੀ ਮੈਂ ਇੱਕ ਫਿਲਮ ਵੀ ਬਣਾਉਣਾ ਚਾਹੂੰਗੀ ਆਪਣੇ ਤਰੀਕੇ ਦੀ, ਪ੍ਰੋਡਿਊਸ ਕਰੂੰਗੀ ਫਿਲਮ ਜਿਹੜੀ ਕਿ ਜਿਹਦੇ ਵਾਸਤੇ ਮੈਂ ਪ੍ਰੋਡਿਊਸਰ ਹਮੇਸ਼ਾ ਲੱਭਦੀ ਰਹਿੰਦੀ ਹਾਂ, ਵੀ ਕਿਉਂਕਿ ਹਰ ਕੋਈ ਸੋਚਦਾ ਹੈ ਵੀ ਇਹ ਤੂੰ ਕਮਰਸ਼ੀਅਲ ਗੱਲ ਨਹੀਂ ਕਰਦੀ ਪਈ, ਤੂੰ ਡਾਕੂਮੈਂਟਰੀ ਦੀ ਗੱਲ ਕਰ ਰਹੀ ਹੈ, ਲਾਈਕ ਉਹਨਾਂ ਨੂੰ ਡਾਕੂਮੈਂਟਰੀ ਲੱਗਦੀ ਹੋਊਗੀ, ਕਿਉਂਕਿ ਮੈਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਾਹੁੰਦੀ ਹਾਂ ਕੋਈ ਫਿਲਮ ਬਣਨੀ। ਮੈਂ ਚਾਹੁੰਦੀ ਹਾਂ ਵੀ ਜੇ ਕੋਈ ਉੱਤੇ ਫਿਲਮ ਬਣਾ ਦੇ, ਚੱਲ ਮੈਂ ਮੇਰੀ ਤਾਂ ਅੱਜ ਲੋਟਰੀ ਨਹੀਂ ਲੱਗੀ, ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਫਿਲਮ ਬਣਾਉਣੇ, ਚਲੋ ਆਹੀ ਇੰਟਰਵਿਊ ਵੇਖ ਕੇ ਕੋਈ ਵੱਡਾ ਪ੍ਰੋਡਕਸ਼ਨ ਹਾਊਸ ਇਸ ਮੁੱਦੇ ਨੂੰ ਲੈ ਕੇ ਵਿੱਚ ਫਿਲਮ ਦੇ ਵਿਖਾ ਦੇ। ਇਹ 10 ਕਰੋੜ ਹੀ ਹੈ, 10 ਲੱਖ ਕਰੋੜ ਨਹੀਂ ਹੈਗਾ। ਮਤਲਬ ਵੇਖੋ ਸੋਈ ਸਾਹਿਬ, ਫਿਲਮ ਜਿਹੜੀ ਹੈ ਨਾ ਉਹ ਤਾਂ ਜੇ ਚੰਗੇ ਤਰੀਕੇ ਨਾਲ ਬਣਾਉਣ ਜਾਓ ਤਾਂ ਉਹ 1 ਕਰੋੜ 1.5 ਕਰੋੜ ਦੇ ਵਿੱਚ ਵੀ ਬਣ ਜਾਂਦੀ ਆ। ਆਰਟਿਸਟ ਜ਼ਿਆਦਾ ਪੈਸੇ ਚਾਰਜ ਕਰਦੇ ਆ ਅੱਜ ਦੀ ਡੇਟ ਦੇ ਵਿੱਚ, ਕੋਈ ਕਹਿੰਦਾ ਮੈਂ 2 ਕਰੋੜ ਲਊਂਗਾ, ਕੋਈ 4-5 ਹੈ ਨਾ। ਵੀ ਜੇ ਸਾਡੇ ਵਰਗੇ ਆਰਟਿਸਟ ਜੇ ਆਪਾਂ ਸੋਚੀਏ ਵੀ ਆਪਾਂ ਸਮਾਜ ਦੇ ਵਾਸਤੇ ਕੁਛ ਕਰਨਾ, ਜਿਹਨੇ ਸੇਵਾ ਕਰਨੀ ਆ, ਫਿਰ ਆਪਾਂ ਇਹ ਨਹੀਂ ਕਹਾਂਗੇ ਵੀ ਆਪਾਂ ਪੈਸੇ ਲੈਣੇ ਆ, ਫਿਰ ਆਪਾਂ ਮੇਕਿੰਗ ਵੱਲ ਧਿਆਨ ਦੇਵਾਂਗੇ ਅਤੇ ਆਪਾਂ ਫਿਲਮ ਨੂੰ ਰਿਲੀਜ਼ ਕਿਵੇਂ ਕਰਨਾ ਆ, ਲੋਕਾਂ ਤੱਕ ਕਿਵੇਂ ਪਹੁੰਚਾਉਣਾ ਆ ਉਹ ਵੇਖਾਂਗੇ, ਚਲੋ ਜਿੰਨੇ ਫਿਰ ਪੈਸੇ ਆਉਂਦੇ ਆ ਥੋੜ੍ਹੇ ਥੋੜ੍ਹੇ ਵੰਡ ਲਾਂਗੇ ਬਾਅਦ ਦੇ ਵਿੱਚ, ਮਤਲਬ ਇਸ ਹਿਸਾਬ ਨਾਲ ਕੰਮ ਕਰ ਲਾਂਗੇ। ਹਾਂ ਫਿਰ ਤਾਂ ਮੈਂ ਵੀ ਰੈਡੀ ਹੋ ਜਾਊਂਗਾ, ਮਤਲਬ ਜਦੋਂ ਫਿਲਮ ਕਮਾਉਂਦੀ ਹੈ ਪੈਸੇ ਉਹ ਵੇਚ ਗਈ, ਫਿਰ ਆਪਾਂ ਆਪਸ ਚ ਸਾਰੇ ਵੰਡ ਲਾਂਗੇ। ਜੇ ਆਪਾਂ ਇਸ ਤਰੀਕੇ ਦੇ ਨਾਲ ਇਹ ਆਪਣਾ ਸਾਰਿਆਂ ਦੇ ਵੀ ਇੱਕੋ ਜਿਹੀ ਹੈ, ਵੀਕ ਪੁਆਇੰਟ, ਇਹ ਵੀਕ ਪੁਆਇੰਟ ਆਈ ਹੈ, ਵੀਕ ਪੁਆਇੰਟ ਹੈ ਕਿ ਹਾਂ ਕੁਛ ਸਾਡੀ ਹਰੇਕ ਗੱਲ ਅਸੀਂ ਉਹਦੇ ਹੀ ਹਥਿਆਰ ਛੁੱਟਦੇ ਨੇ। ਹਾਂ ਉੱਥੇ ਠੀਕ ਹੈ ਜੀ, ਕਰੋ ਕਰੋ ਕਰੋ, ਪੈਸੇ ਵਾਲਾ ਹਥਿਆਰ ਪਾਸੇ ਚਲਾ ਜਾਂਦਾ, ਤਾਂ ਹੀ ਆਪਾਂ ਬਣਾ ਨਹੀਂ ਸਕੇ ਅੱਜ ਤੱਕ ਪੈਸੇ। ਹਾਂ ਉਹ ਹੀ ਤੇ ਨਾ, ਵੀ ਪੈਸੇ ਮੈਨੂੰ ਲੱਗਦਾ ਵੀ ਬਾਅਦ ਚੋਂ ਵੀ ਆਪਾਂ ਉਹ ਵੇਚ ਕੇ ਵੀ ਕਮਾ ਲਾਂਗੇ, ਬਟ ਕਨਸੈਪਟਸ ਬਾਹਰ ਹੋਣੇ ਚਾਹੀਦੇ ਔਰ ਇੱਕ ਐਕਟਰ ਲਈ ਚੰਗਾ ਕਿਰਦਾਰ ਵੀ ਅੱਗੇ ਆਉਂਦਾ ਹੈ। ਜਿਹੜੀ ਜਿਹੜੀ ਇਹ ਦੌਲਤ ਹੈ ਨਾ ਅੱਛਾਈ ਦੀ, ਦੌਲਤ ਖੱਟਣੀ, ਉਹ ਤਾਂ ਉਹ ਕਮਾ, ਉਹਦੇ ਸਾਹਮਣੇ ਕੋਈ ਪੈਸਾ ਪੁਸਾ ਮੈਟਰ ਨਹੀਂ ਕਰਦਾ। ਸੋ ਮੈਂ 10 ਕਰੋੜ ਦੇ ਵਿੱਚ ਕੁਛ ਪੈਸੇ ਜਿਹੜੇ ਉੱਥੇ ਲਾਊਂਗੀ, ਕੁਛ ਮੈਂ ਇਹੋ ਜਿਹਾ ਪ੍ਰੋਡਕਸ਼ਨ ਹਾਊਸ ਖੋਲੂੰਗੀ ਜਿਹਦੇ ਵਿੱਚ ਮੈਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾ ਸਕਾਂ। ਸੋਨੀਆ ਜੀ ਨੇ ਸੇਵਾ ਹੀ ਕਰਨੀ ਹੈ ਜੀ, ਇਹਦੇ ਕੋਲ ਜਦੋਂ ਹੈ ਵੀ ਨਹੀਂ ਸੀ ਲੋਟਰੀ ਜੀ, ਮਤਲਬ ਹਜੇ ਵੀ ਨਹੀਂ ਹੈਗੀ, ਤਾਂ ਇਹਨਾਂ ਨੇ ਟੈਂਟ ਦੀ ਸੇਵਾ ਕੀਤੀ, ਬਾਰਡਰ 'ਤੇ ਮੈਂ ਗਿਆ ਸੀਗਾ ਅਤੇ ਮੈਂ ਇਹਨਾਂ ਨੂੰ ਫਿਲਮ ਸੁਣਾਈ, ਤਾਂ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਯਾਰ ਫਿਲਮ ਵਧੀਆ, ਠੀਕ ਹੈ ਪੈਸਿਆਂ ਦੀ ਕੋਈ ਗੱਲ ਨਹੀਂ ਮੈਂ ਕਰੂੰਗੀ।
ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੋਈ ਆਪਦੇ ਲਈ ਚਾਹੀਦੇ ਪੈਸੇ ਐਕਚੁਅਲੀ ਇਮੇਜਿਨਰੀ ਜ਼ੋਨ 'ਚ ਤਾਂ ਤੁਸੀਂ ਕਿੱਲ ਗੱਡਤੇ ਹੁਣ ਵੇਲਾ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹੁਣ ਵਾਰੀ ਹੈ ਨੈਕਸਟ ਕੁਐਸਚਨ ਰਾਉਂਡ ਦੀ ਤੁਹਾਡੇ ਸਾਹਮਣੇ ਪਏ ਬੋਲਸ ਚੋਂ ਤੁਸੀਂ ਇੱਕ ਇੱਕ ਚਿੱਟ ਚੱਕਣੀ ਹੈ ਤੇ ਚਿੱਟ ਤੇ ਲਿਖੇ ਕਲਾਕਾਰ ਦੀ ਇੱਕ ਕੁਆਲਿਟੀ ਦੱਸਣੀ ਹੈ ਤੇ ਪੁੱਛਣਾ ਇੱਕ ਸਵਾਲ ਠੀਕ ਹੈ ਜੀ ਫਿਰ ਚੱਕ ਲਓ ਲਓ ਜੀ ਸਾਰੇ ਜਣੇ ਇੱਕ ਇੱਕ ਲੈ ਲਓ ਕਨਵਰ ਗਰੇਵਾਲ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਤੁਸੀਂ ਸ਼ੁਰੂ ਕਰੋ ਕੱਲੋ ਮੈਂ ਕਵਰ ਗਰੇਵਾਲ ਨੂੰ ਵੈਲਕਮ ਕਰਦਾ ਬੜਾ ਸੋਹਣਾ ਗਾਉਂਦੇ ਨੇ ਸੂਫੀਆਨਾ ਅਤੇ ਜੇ ਮੈਂ ਕੋਈ ਫਿਲਮ ਸੋਚਾਂ ਉਹਦੇ 'ਚ ਕਵਰ ਗਰੇਵਾਲ ਬਾਈ ਤੁਹਾਡਾ ਜਿਹੜਾ ਰੋਲ ਹੈ ਉਹ ਜਿਹੋ ਜਿਹੇ ਰੋਲ ਬੀਨੂ ਢਿੱਲੋਂ ਕਰਦਾ ਕਰੋਗੇ ਚਲੋ ਮੈਂ ਪੁੱਛਾਂ ਜੀ ਹਾਂਜੀ ਰਵਿੰਦਰ ਬਾਈ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਹੈ ਜੀ ਗਰੇਵਾਲ ਸਾਹਿਬ ਨੂੰ ਮੇਰਾ ਸਵਾਲ ਇਹ ਹੈ ਜੀ ਜੇ ਮੈਂ ਕਿਸੇ ਫਿਲਮ 'ਚ ਰਵਿੰਦਰ ਗਰੇਵਾਲ ਜੀ ਨੂੰ ਵਿਲਨ ਲੈਣਾ ਚਾਹਾਂ ਤਾਂ ਉਹ ਕੀ ਵਿਲਨ ਦਾ ਕਰੈਕਟਰ ਕਰਨਗੇ ਕੁਆਲਿਟੀ ਇਹਨਾਂ ਦੀ ਇਹ ਹੈ ਜੀ ਮਤਲਬ ਜਿੰਨੇ ਵੀ ਇਹਨਾਂ ਦੇ ਗਾਣੇ ਆਏ ਨੇ ਪਹਿਲਾਂ ਮਤਲਬ ਅੱਜ ਤੱਕ ਜੋ ਵੀ ਹੈ ਸਭ ਤੋਂ ਮਤਲਬ ਹਾਂ ਜਿਹੜੇ ਮਤਲਬ ਬੀਟ ਸੌਂਗ ਜਿਹੜੇ ਵੀ ਮਤਲਬ ਇਹਨਾਂ ਨੇ ਕਰੇ ਨੇ ਉਹਨਾਂ ਨੇ ਬਹੁਤ ਤਕੜਾ ਟ੍ਰੈਂਡ ਚੇਂਜ ਕੀਤਾ ਸੀ ਸੋ ਮੇਰੇ ਕੋਲ ਨੇ ਗਿੱਪੀ ਗਰੇਵਾਲ ਜੀ ਸੋ ਮੈਂ ਗਿੱਪੀ ਜੀ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਪੰਜਾਬੀ ਸਿਨੇਮਾ ਦੀ ਬਹੁਤ ਵੱਡੀ ਦੇਣ ਹੋ ਤੁਸੀਂ ਪੰਜਾਬੀ ਇੰਡਸਟਰੀ ਨੂੰ ਅਪਲਿਫਟ ਕਰਨ ਵਾਸਤੇ ਬਹੁਤ ਵਧੀਆ ਵਧੀਆ ਫਿਲਮਾਂ ਬਣਾਈਆਂ ਇਹ ਉਹਨਾਂ ਦੀ ਤਾਰੀਫ ਸੀਗੀ ਐਂਡ ਕੁਐਸਚਨ ਇਹ ਪੁੱਛਣਾ ਚਾਹੁੰਦੀ ਹਾਂ ਕੀ ਗੱਲ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਕਿ ਤੁਸੀਂ ਮੈਨੂੰ ਕਿਸੇ ਫਿਲਮ 'ਚ ਆਫਰ ਨਹੀਂ ਕਰਦੇ ਜੀ ਜੀ ਹਾਂਜੀ ਨਜ਼ਾਰਾ ਆ ਰਿਹਾ ਹੁਣ ਆਪਾਂ ਵੱਧਦੇ ਹਾਂ ਆਪਣੇ ਲਾਸਟ ਫਨ ਸੈਗਮੈਂਟ ਵੱਲ ਮੈਂ ਤੁਹਾਨੂੰ ਪੁੱਛੂੰਗੀ ਕੁਝ ਸਵਾਲ ਤੇ ਸਾਹਮਣੇ ਪਏ ਪ੍ਰੋਪਸ ਚੱਕੋ ਤੇ ਇੱਕ ਦੂਜੇ ਵੱਲ ਇਸ਼ਾਰਾ ਕਰਕੇ ਦੱਸੋ ਕਿ ਕਹੀ ਗੱਲ ਕਿਹਦੇ ਤੇ ਡੁੱਕਦੀ ਹੈ ਲੰਕਾ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਭ ਤੋਂ ਵੱਧ ਇੰਪਰੋਵਾਈਜ਼ੇਸ਼ਨ ਕੌਣ ਕਰਦਾ ਸੀ ਭੁੱਖ ਸਭ ਤੋਂ ਵੱਧ ਕਿਹਨੂੰ ਲੱਗਦੀ ਹੈ ਕੌਣ ਕਿਤੇ ਜਾਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜਾਣ ਦੇ ਬਹਾਨੇ ਲੱਭਦੇ ਸੈੱਟ ਤੇ ਤੁਹਾਡੇ ਤਿੰਨਾਂ ਦਾ ਫੇਵਰੇਟ ਟਾਈਮ ਪਾਸ ਕੀ ਹੁੰਦਾ ਸੀ ਸੀਨ ਦੀ ਰਿਹਰਸਲ ਦੇ ਦੌਰਾਨ ਮਜ਼ਾ ਆਉਂਦਾ ਸੀਗਾ ਕੁਦਕਤਾਰੀਆਂ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂ ਕੁਦਕਤਾਰੀਆਂ ਕੀ ਦੇ ਜੀ ਹੈਨਾ ਕੁਦਕਤਾਰੀਆਂ ਟਾਈਮ ਲਓ ਜੀ ਮਜ਼ਾ ਆ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੇ ਜਵਾਬ ਸੁਣ ਕੇ ਤੇ ਤੁਹਾਡੇ ਵਿਚਾਰ ਸੁਣ ਕੇ ਜਿਹਦੇ ਲਈ ਅੱਜ ਤੁਸੀਂ ਸੁਰੀਲੀ ਨੂੰ ਮਿਲਣ ਆਏ ਹੋ ਉਹਦਾ ਇੱਕ ਹੋਰ ਕਾਰਨ ਹੈ ਤੁਹਾਡੀ ਫਿਲਮ ਲੰਕਾ ਸੋ ਸੋਹੀ ਸਾਹਿਬ ਹੁਣ ਤੁਸੀਂ ਫਿਲਮ ਬਾਰੇ ਦੱਸੋ ਦਰਸ਼ਕੋ ਯਾਰ ਬਹੁਤ ਪਿਆਰ ਕਰਦੇ ਹੋ ਮੈਨੂੰ ਹੁਣ ਮੈਂ ਤੁਹਾਨੂੰ ਇਹੀ ਦਰਖਾਸਤ ਕਰਦਾ ਕਿ ਤੁਸੀਂ ਇਸ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਪਤਾ ਕਿੱਥੇ ਆ ਰਹੀ ਹੈ ਚੌਪਾਲ 'ਤੇ ਚੌਪਾਲ 'ਤੇ ਫਿਲਮ ਲੰਕਾ ਆਪਣੇ ਪਰਿਵਾਰ ਨੂੰ ਦਿਖਾਓ ਆਪਣੇ ਮਿੱਤਰਾਂ ਨੂੰ ਕਹੋ ਵੀ ਭਾਈ ਤੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਨਹੀਂ ਤਾਂ ਉੱਥੋਂ ਅਪਲੋਡ ਕਰੋ ਔਰ ਫਿਲਮ ਦੇਖੋ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਲਓ ਜੀ ਹੁਣ ਵੇਲਾ ਹੋ ਗਿਆ ਤੁਹਾਡੀ ਤੋਂ ਵਿਦਾ ਲੈਣ ਦਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ ਥੈਂਕ ਯੂ
टू सोही साहब सोनिया एंड रवि फॉर कमिंग टू आवर शो द क्रॉस इंटरव्यू सीजन 2। थैंक यू जी श्रीली जी, बहुत धन्यवाद जी थोड़ा। ओके जी, बाय जी। अपनिया फेवरेट पंजाबी फिल्मां अते शोज़ देखने लई सब्सक्राइब करो पिटारा दा ऑफिशियल यूट्यूब चैनल ते प्रेस करो बेल आइकन कोई भी लेटेस्ट अपडेट मिस ना करन लई।